ਵੈਸੇ ਤਾਂ ਕੈਨੇਡਾ ਦੇ ਵਿੱਚ 20 ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟਸ ਨੇ, ਜਿਨ੍ਹਾਂ ਦੇ ਵਿੱਚ 4 ਸਿੱਖ ਮੰਤਰੀ ਅਤੇ ਕਈ MLA ਵੀ ਹਨ। ਪਰ ਇੱਕ ਨਾਮ ਦਾ ਕੈਨੇਡਾ ਦੀ ਸਿਆਸਤ ਵਿੱਚ ਵੱਖਰਾ ਮੁਕਾਮ ਹੈ, ਉਹ ਨਾਮ ਹੈ ਮੋ ਸੋਹਤਾ ਦਾ। ਜੀ ਹਾਂ, ਮੋ ਸੋਹਤਾ ਦਾ ਪੂਰਾ ਨਾਮ ਮਨਮੋਹਨ ਸਿੰਘ ਸੋਹਤਾ ਹੈ, ਪਰ ਮਸ਼ਹੂਰ ਉਹ ਮੋ ਸੋਹਤਾ ਦੇ ਵਜੋਂ ਹੀ ਹਨ। ਇਹ ਮੰਨਿਆ ਜਾਂਦਾ ਹੈ ਕਿ ਮੋ ਸੋਹਤਾ ਹੀ ਹਨ ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਭਾਰਤੀ ਭਾਈਚਾਰੇ ਲਈ ਦਰਵਾਜ਼ੇ ਖੋਲ੍ਹੇ ਸਨ। ਮੋ ਸੋਹਤਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੀ ਵਾਰ ਸੰਨ 1986 ਵਿੱਚ MLA ਚੁਣਿਆ ਗਿਆ। ਇਹ ਚੋਣ ਜਿੱਤ ਕੇ ਉਹ ਕੈਨੇਡਾ ਭਰ ਦੇ ਵਿੱਚ ਇੰਡੋ ਕੈਨੇਡੀਅਨ ਮੂਲ ਦਾ ਚੁਣਿਆ ਜਾਣ ਵਾਲੇ ਪਹਿਲੇ MLA ਬਣੇ। ਇਸ ਤੋਂ ਬਾਅਦ ਉਹ ਸੰਨ 1991 ਅਤੇ 1996 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ MLA ਚੁਣੇ ਗਏ ਅਤੇ 1991 ਦੇ ਵਿੱਚ ਪੱਛਮੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੇ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਬਣਨ ਵਿੱਚ ਸਫਲ ਰਹੇ। ਮੋ ਸੋਹਤਾ 1991 ਤੋਂ ਲੈ ਕੇ ਸਾਲ 2001 ਦੇ ਵਿਚਕਾਰ ਮਾਈਕ ਹਾਰਕੋਟ, ਗੈਲਨ ਕਾਲਾਕ ਅਤੇ ਡੈਨ ਮਿਲਰ ਦੀਆਂ ਅਗਵਾਈ ਵਾਲੀਆਂ NDP ਸਰਕਾਰਾਂ ਦੇ ਵਿੱਚ ਕਈ ਵਿਭਾਗਾਂ ਦੇ ਮੰਤਰੀ ਰਹੇ। 65 ਸਾਲਾ ਮੋ ਸੋਹਤਾ ਦੱਸਦੇ ਨੇ ਕਿ 1907 ਵਿੱਚ ਪੰਜਾਬ ਤੋਂ ਫਲੌਰ ਤੋਂ ਬੜਾ ਪਿੰਡ ਤੋਂ ਕੈਨੇਡਾ ਆਏ ਉਹਨਾਂ ਦੇ ਦਾਦੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹਨਾਂ ਦੇ ਪੋਤੇ ਦੀ ਪਹਿਚਾਣ ਪਹਿਲੇ ਇੰਡੋ ਕੈਨੇਡੀਅਨ ਸਿਆਸਤਦਾਨ ਵਜੋਂ ਬਣ ਜਾਵੇਗੀ ਅਤੇ ਪਹਿਲੇ ਇੰਡੋ ਕੈਨੇਡੀਅਨ ਦੇ ਵਜੋਂ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੋ ਸੋਹਤਾ ਦਾ ਜਨਮ 18 ਫਰਵਰੀ 1955 ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੰਕਨ ਦੇ ਵਿੱਚ ਹੋਇਆ ਅਤੇ ਉਹ ਲੇਕ ਕਾਉਂਚਨ ਦੇ ਵਿੱਚ ਪਲੇ ਅਤੇ ਵੱਡੇ ਹੋਏ। ਉਹਨਾਂ ਮੁਤਾਬਕ ਉਸ ਸਮੇਂ ਦੁਨੀਆ ਅੱਜ ਨਾਲੋਂ ਬਹੁਤ ਵੱਖਰੀ ਸੀ। ਉਹਨਾਂ ਦਿਨਾਂ ਵਿੱਚ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਬਹੁਤ ਸਾਰੇ ਲੋਕ, ਮੋਢੀ ਲੋਕ, ਕਾਉਂਚਨ ਵੈਲੀ ਵਿੱਚ ਹੀ ਰਹਿ ਰਹੇ ਸਨ। ਉਹਨਾਂ ਦਾ ਖਿਆਲ ਹੈ ਕਿ 1920 ਦੇ ਦਹਾਕੇ ਵਿੱਚ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਲੋਕ ਵਿਕਟੋਰੀਆ ਆਉਣੇ ਸ਼ੁਰੂ ਹੋਏ। ਉਹਨਾਂ ਦਿਨਾਂ ਵਿੱਚ ਗੋਰੇ ਲੋਕਾਂ ਦਾ ਨਜ਼ਰੀਆ ਇਹ ਹੁੰਦਾ ਸੀ ਕਿ ਇੰਡੋ ਕੈਨੇਡੀਅਨ ਨਜ਼ਰਾਂ ਤੋਂ ਪਰੇ ਰਹਿਣ ਅਤੇ ਸੋਚਾਂ ਤੋਂ ਵੀ। ਇਸ ਲਈ ਲੇਕ ਕਾਉਂਚਨ ਇੱਕ ਅਜਿਹੀ ਥਾਂ ਸੀ ਜਿਹੜੀ ਵਿਕਟੋਰੀਆ ਤੋਂ ਕਾਫ਼ੀ ਦੂਰ ਸੀ। ਇਹ ਵਿਕਟੋਰੀਆ ਤੋਂ 45 ਮੀਲ ਦੇ ਕਰੀਬ ਦੂਰ ਸੀ ਅਤੇ ਆਈਲੈਂਡ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਸੀ। ਉਸ ਵੇਲੇ ਲੱਕੜ ਦੀਆਂ ਮਿੱਲਾਂ ਵਿੱਚ ਭਾਰਾ ਕੰਮ ਕਰਨ ਦੇ ਲਈ ਉਹਨਾਂ ਨੂੰ ਸਖ਼ਤ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਸੀ। ਇਸ ਲਈ ਪੰਜਾਬੀ ਕਮਿਊਨਿਟੀ ਦੇ ਲੋਕ ਇੱਥੇ ਵੱਡੀ ਗਿਣਤੀ ਵਿੱਚ ਰਹਿ ਰਹੇ ਸਨ। ਮੋਹ ਸੋਹਤਾ ਨੇ ਦੱਸਿਆ ਕਿ ਉਹਨਾਂ ਦੇ ਮੁਤਾਬਕ ਉਹਨਾਂ ਦਾ ਭਾਈਚਾਰਾ ਬਹੁਤ ਮਜ਼ਬੂਤ ਸੀ। ਜਦੋਂ ਉਹ ਲੇਕ ਕਾਉਂਚਨ ਦੇ ਵਿੱਚ ਕਿੰਡਰਗਾਰਟਨ ਦੇ ਵਿੱਚ ਜਾਣ ਲੱਗੇ ਤਾਂ ਉਹਨਾਂ ਦੀ ਅੰਗਰੇਜ਼ੀ ਬਹੁਤ ਕਮਜ਼ੋਰ ਸੀ। ਮੋਹ ਸੋਹਤਾ ਨੇ ਦੱਸਿਆ ਕਿ ਉਹ ਅੰਗਰੇਜ਼ੀ ਵੀ ਨਹੀਂ ਬੋਲ ਸਕਦੇ ਸਨ, ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਸਨ। ਇਸ ਤੋਂ ਬਾਅਦ 5ਵੀਂ ਗ੍ਰੇਡ ਪਾਸ ਕਰਨ ਤੋਂ ਬਾਅਦ ਮੋਹ ਸੋਹਤਾ ਨੇ ਵੈਨਕੂਵਰ ਸਥਿਤ ਸੇਂਟ ਜੋਰਜ ਬੋਆਇਜ਼ ਸਕੂਲ ਦੇ ਵਿੱਚ ਦਾਖਲਾ ਲੈ ਲਿਆ। ਇੱਥੇ ਵੀ ਉਹਨਾਂ ਨੂੰ ਪਹਿਲੇ ਇੰਡੋ ਕੈਨੇਡੀਅਨ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਾਖਲਾ ਲਿਆ, ਸਮਾਜਿਕ ਸਿੱਖਿਆ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਵਿਕਟੋਰੀਆ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਇਸੇ ਦੌਰਾਨ ਉਹ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਸੰਪਰਕ ਵਿੱਚ ਆਏ ਅਤੇ ਚੋਣਾਂ ਦੌਰਾਨ ਵੱਡੇ ਲੀਡਰਾਂ ਦੀ ਮਦਦ ਕਰਦੇ ਰਹੇ ਅਤੇ ਨਾਲ ਨਾਲ ਆਪਣੇ ਸਿੱਖ ਧਰਮ ਦੇ ਸਿਧਾਂਤਾਂ ਮੁਤਾਬਕ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਰੁੱਝ ਰਹੇ। ਉਹਨਾਂ ਦੇ ਕੰਮਾਂ ਅਤੇ ਪਾਰਟੀ ਵਿੱਚ ਸਖ਼ਤ ਮਿਹਨਤ ਚੱਲਦਿਆਂ ਕਈ ਵੱਡੇ ਲੀਡਰਾਂ ਦੀ ਹੌਸਲਾ ਅਫਜਾਈ ਨੇ ਉਹਨਾਂ ਨੂੰ ਚੋਣਾਂ ਲੜਨ ਦੇ ਲਈ ਪ੍ਰੇਰਿਤ ਕੀਤਾ ਅਤੇ ਪਾਰਟੀ ਨੇ ਟਿਕਟ ਦਿੱਤਾ ਅਤੇ 1986 ਵਿੱਚ ਪਹਿਲੀ ਵਾਰ ਇੱਕ ਭਾਰਤੀ ਮੂਲ ਦੇ MLA ਵਜੋਂ ਜਿੱਤ ਕੇ ਕੈਨੇਡਾ ਸਮੇਤ ਪੂਰੇ ਪੱਛਮ ਦੀ ਸਿਆਸਤ ਵਿੱਚ ਇੱਕ ਇਤਿਹਾਸ ਸਿਰਜ ਦਿੱਤਾ। ਮੋਹ ਸੋਹਤਾ ਨੇ ਆਪਣੇ ਭਾਈਚਾਰੇ ਲਈ ਕਈ ਕੰਮ ਕੀਤੇ। ਜੋ ਪੰਜਾਬੀ ਮਾਂ ਬੋਲੀ ਨੂੰ ਕੈਨੇਡਾ ਦੇ ਵਿੱਚ ਅੱਜ ਰੁਤਬਾ ਹੈ ਉਹ ਮੋਹ ਸੋਹਤਾ ਦੀ ਹੀ ਬਦੌਲਤ ਹੈ। ਇਸ ਤੋਂ ਇਲਾਵਾ ਸਿੱਖਾਂ ਨੂੰ ਬਿਨਾਂ ਹੈਲਮਟ ਮੋਟਰਸਾਈਕਲ ਦੀ ਇਜਾਜ਼ਤ ਵੀ ਉਹਨਾਂ ਦੇ ਯਤਨਾਂ ਦਾ ਹੀ ਨਤੀਜਾ ਹੈ। ਪੰਜਾਬੀ ਬਾਰੇ ਬੋਲਦਿਆਂ ਉਹਨਾਂ ਦੱਸਿਆ ਹੈ ਕਿ ਜਦੋਂ ਉਹਨਾਂ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੰਜਾਬੀ ਲਗਾਉਣ ਦੇ ਆਪਣੇ ਫੈਸਲੇ ਬਾਰੇ ਸੋਚਦੇ ਹਨ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਫੈਸਲਾ ਇਸ ਤਜਰਬੇ ਨਾਲ ਜੁੜਿਆ ਹੋਇਆ, ਕਿਉਂਕਿ ਆਪਣੀ ਜ਼ਿੰਦਗੀ ਬਾਰੇ ਮੁੜ ਕੇ ਦੇਖਦਿਆਂ ਹੋਇਆਂ ਉਹਨਾਂ ਨੂੰ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਕੀਮਤ ਸਮਝ ਆਈ। ਉਹਨਾਂ ਮੁਤਾਬਕ ਜੇਕਰ ਤੁਸੀਂ ਆਪਣੀ ਮਾਂ ਬੋਲੀ ਗਵਾ ਦਿੱਤੀ, ਤੁਸੀਂ ਆਪਣੀ ਸਾਰੀ ਰਵਾਇਤ ਅਤੇ ਕਦਰਾਂ ਕੀਮਤਾਂ ਅਤੇ ਉਹਨਾਂ ਦੀ ਮਹੱਤਤਾ ਗਵਾ ਦਿਓਗੇ ਅਤੇ ਉਹ ਨਹੀਂ ਚਾਹੁੰਦੇ ਕਿ ਇੱਕ ਦਿਨ ਉਹਨਾਂ ਦੇ ਬੱਚੇ ਸ਼ੀਸ਼ੇ ਵਿੱਚ ਦੇਖਣ ਅਤੇ ਹੈਰਾਨ ਹੋਣ ਕਿ ਉਹ ਕੌਣ ਹਨ, ਉਹ ਕਿੱਥੋਂ ਆਏ ਹਨ। ਅੱਜ ਤੱਕ ਉਹ ਆਪਣੇ ਬੱਚਿਆਂ ਨਾਲ ਘਰ ਦੇ ਵਿੱਚ ਪੰਜਾਬੀ ਬੋਲਦੇ ਹਨ, ਭਾਵੇਂ ਕਿ ਇਹ ਕਿੰਨਾ ਵੀ ਔਖਾ ਹੋਵੇ, ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।